जगत गुरु गुरु गरीब नो सच्चे पातशाह जी दी पावन पुत्र गोद अंदर मौजूदा सिख संघर्ष दे चमकदे सितारे शहीद भाई गुरजंत सिंह जी बुद्ध सिंह वाला दे कौमी ते शहीदी समागम ते पहुंचे हुए सारे ही दर्जा अपदर्जा समूह भाईचारा जिन्हें भी पहुंचे है सारिआं दे भावनक तौर ते चरणा नूं नतमस्तक हुंदा होया फतेह बुलाउणा वाहिगुरु जी का खालसा वाहिगुरु जी की फतेह। मैं बैठा सोच रहा सी जदों धन कलगीधर पातशाह बारे कहा गया कि चिड़ियों से मैं बाज लड़ाऊं तब है गोबिंद सिंह नाम कहाऊं ते कोई दुनिया दे सूझवान सोचदे होणे कि चिड़ी ते बाज दा की मुकाबला है ते सतगुरु सच्चे पातशाह ने आने वाले संसार उत्ते कृपा की है कि जे लोड़ पै जे ते चिड़ी दे अंदर ये भावना पैदा करती है जिहड़ी साडी डरी हुई समय के हाकमां तो मनोबिरती हुंदी है साडी उहनूं उहदे अंदर एक जज्बा भरता कि चिड़िया भी जे लोड़ पवे ते बाज नाल लड़ सकदियां है। ते मौजूदा सिख संघर्ष विच जदों समय के हाकमां ने जुल्म ढाया उह अचौधियां ते बैठे पलां मुल्क दी प्रधानमंत्री होवे उह नहीं छड्डी उदों कलगीधर पातशाह दा सुपना साकार होया। सो मैं अज भी बेनती कर दिया कि जिवें कई बार पढ़िया सुनिया कि संघर्ष खत्म हो गया जुझारू खत्म हो गए सुन लो सिखो भरावो गुरु ग्रंथ साहब दे सिखो जिन्नी देर तक धन गुरु ग्रंथ साहब सच्चे पातशाह दे उत्ते चतर छतर झुलदे ने उहदे उत्ते चौर झुलदी है जिन्नी देर तक पंज सिंह गुरु ग्रंथ साहब अगे खलो के आग्या पई अकाल की तबे चलायो पंथ दा नारा बुलंद करनगे जिन्नी देर तक पंज सिंह गुरु ग्रंथ साहब दे अगे चौर करदे होए बोले सो नाल दे जकारे लाउणगे जिन्नी देर तक हरिमंदर साहब च कीर्तन होवेगा जिन्नी देर तक अकाल तख्त साहब दे झंडे चलदे रहणगे दुनिया दी कोई ताकत खाड़ कोई संघर्ष नूं जुझारूपणे नूं खत्म नहीं कर सकदी। एवें ढेंदियां कलां दीआं गल्लां ना कृपा करके करिआ करो। मैं गुरजंत सिंह बुद्ध सिंह वाला दे शहीदी समागम ते पहुंचे हुए प्राणियों नूं एक हौसले भरी गल सुना के माफी चाहांगा। वो प्रतक्ष है उन्हूं प्रमाण की कोई लोड़ नहीं है कि जिहड़े लोग राशी लोगों के मगर लग के जिवें गल चली कुर्सियां खातर लड़े अज उन्हां दे भी ਉਹ ਵੀ ਸਮਾਂ ਲਗਾ ਕੇ ਚਲੇ ਗਏ। ਮੈਂ ਇੱਕੋ ਉਦਾਹਰਨ ਦਵਾਂਗਾ ਕਿ ਪਿਛਲੇ 30-35 ਸਾਲਾਂ 'ਚ ਇੱਥੇ ਸਾਡੇ ਹਲਕੇ ਦੀ ਗੱਲ ਕਰ ਲਈਏ ਕਿ 5 MLA ਟਰਨ ਬਾਈ ਟਰਨ ਬਣੇ। ਅੱਜ ਉਹਨਾਂ MLA ਬਣੇ ਹੋਏ ਪਰਿਵਾਰਾਂ ਦੇ ਕੋਲ ਇੰਨੀ ਸਿਆਸੀ ਸਮਰੱਥਾ ਹੈ ਨਹੀਂ ਕਿ ਉਹ ਆਪਣੇ ਪਿਓ ਦੇ ਬਾਪੂ ਦੇ ਦਾਦੇ ਦੇ MLA ਰਹਿ ਚੁੱਕੇ ਬੰਦੇ ਦਾ ਨਾਮ ਲੈ ਕੇ ਉਹਦੀ ਵਰਸੀ ਸਮਾਗਮ ਤੇ 200 ਬੰਦੇ ਦਾ ਇਕੱਠ ਕਰ ਲੈਣ। ਅੱਜ 29-30 ਸਾਲ ਬਾਅਦ ਜੇਕਰ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੀ ਵਰਸੀ ਤੇ ਹਜ਼ਾਰਾਂ ਲੋਕ ਪੰਜਾਬ ਦੀ ਧਰਤੀ ਤੋਂ ਚੱਲ ਕੇ ਆਉਂਦੇ ਆ ਇਹ ਸਿੱਖ ਸੰਘਰਸ਼ ਲੜਨ ਵਾਲਿਆਂ ਲਈ ਇਹ ਕੌਮ ਦੀ ਗੱਲ ਕਰ ਲੈਣ ਵਾਲੀ ਹੌਸਲੇ ਵਾਲੀ ਗੱਲ ਹੈ ਕਿ ਅਸੀਂ ਸਫਲਤਾ ਵੱਲ ਜਾ ਰਹੇ ਹਾਂ। ਜਦੋਂ ਕਿਸੇ ਸੰਘਰਸ਼ ਲੜਨ ਵਾਲੇ ਲੋਕਾਂ ਦੇ ਜੀਵਨ ਉੱਤੇ ਵਿਰੋਧੀ ਕੰਬੇ ਹੱਥਾਂ ਨਾਲ ਬੇਸ਼ੱਕ ਲਿਖਣ ਲਫ਼ਜ਼ ਲਿਖਣੇ ਸ਼ੁਰੂ ਕਰ ਦੇਣ ਕਿਤਾਬਾਂ ਲਿਖਣੀਆਂ ਸ਼ੁਰੂ ਕਰ ਦੇਣ ਤੇ ਜਦੋਂ ਕੌਮੀ ਸੰਘਰਸ਼ ਲੜਨ ਵਾਲੇ ਲੋਕਾਂ ਦੇ ਜੀਵਨ ਤੇ ਕਹਾਣੀਆਂ ਬਣਨੀਆਂ ਸ਼ੁਰੂ ਹੋ ਜਾਣ ਜਦੋਂ ਉਹਨਾਂ ਦੇ ਜੀਵਨ ਤੇ ਫਿਲਮਾਂ ਬਣਨੀਆਂ ਸ਼ੁਰੂ ਹੋ ਜਾਣ ਤੇ ਸਮਝ ਲਓ ਕਿ ਉਹਨਾਂ ਦੇ ਪਾਏ ਹੋਏ ਪੂਰਨੇ ਸਫਲਤਾ ਵੱਲ ਵਧ ਰਹੇ ਨੇ ਇਹ ਹੌਸਲਾ ਹੈ। ਅਸੀਂ ਆਉਣ ਵਾਲੇ 5-7 ਸਾਲਾਂ 'ਚ ਭਾਈ ਗੁਰਜੰਤ ਸਿੰਘ ਬੁੱਧ ਸਿੰਘ ਵਾਲੇ ਦੀ ਵਰਸੀ ਤੇ ਇਹਨਾਂ ਮਹਾਨ ਸੂਰਬੀਰ ਯੋਧਿਆਂ ਨੂੰ ਜਿਹੜੇ ਦਰਜਾ ਬਦਰਜਾ ਕੌਮੀ ਸੰਘਰਸ਼ ਲਈ ਲੜ ਰਹੇ ਨੇ ਜਿਹੜੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਯਾਦ ਨੂੰ ਉਹਨਾਂ ਦੀ ਸੋਚ ਨੂੰ ਆਪਣੇ ਦਿਲਾਂ ਅੰਦਰ ਲੈ ਕੇ ਇਸ ਡੈਮੋਕਰੇਸੀ ਤਰੀਕੇ ਨਾਲ ਵੀ ਲੜ ਰਹੇ ਨੇ ਹਰ ਤਰ੍ਹਾਂ ਦਾ ਸੰਘਰਸ਼ ਲੜ ਰਹੇ ਨੇ। ਕੋਈ ਆਪਣੀ ਕਲਮ ਨਾਲ ਲੜ ਰਿਹਾ ਕੋਈ ਰਾਸ਼ਟਰੀ ਤੌਰ ਤੇ ਲੜ ਰਿਹਾ ਜਿਨ੍ਹਾਂ ਦੇ ਦਿਲੋਂ ਦਿਮਾਗ ਵਿੱਚ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਪਾਏ ਹੋਏ ਪੂਰਨੇ ਤੇ ਕਹੇ ਹੋਏ ਲਫ਼ਜ਼ ਉਹਨਾਂ ਦੇ ਹਿਰਦੇ ਵਿੱਚ ਨੇ। ਅਸੀਂ ਆਉਣ ਵਾਲੇ 5-7 ਸਾਲਾਂ 'ਚ ਇੱਥੇ ਵੱਡਾ ਇਕੱਠ ਕਰਕੇ ਗੁਰਜੰਤ ਸਿੰਘ ਬੁੱਧ ਸਿੰਘ ਵਾਲਾ ਦੀ ਵਰਸੀ ਤੇ ਅਸੀਂ ਕੌਮ ਨੂੰ ਕੋਈ ਦਿਸ਼ਾ ਨਿਰਦੇਸ਼ ਦੇਵਾਂਗੇ ਤੇ ਅੱਜ ਵੀ ਇਹਨਾਂ ਕੌਮੀ ਪ੍ਰੋਗਰਾਮਾਂ ਵਿੱਚ ਹਮੇਸ਼ਾ ਬਿਨਾਂ ਸੋਚਿਆਂ ਬਿਨਾਂ ਸਮਝਿਆਂ ਇੱਕ ਕੌਮ ਨੂੰ ਹਮੇਸ਼ਾ ਹੀ ਨਿਰਦੇਸ਼ ਮਿਲਦੇ ਹੁੰਦੇ ਨੇ। ਹਰ ਇੱਕ ਪ੍ਰਾਣੀ ਬੱਚਾ ਬੁੱਢਾ ਬਜ਼ੁਰਗ ਜਿਹੜਾ ਵੀ ਇੱਥੇ ਆਇਆ ਉਹਦੇ ਲਈ ਇੱਕ ਕੌਮੀ ਨਿਰਦੇਸ਼ ਉੱਥੋਂ ਲੈ ਕੇ ਚੱਲਿਆ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਮੈਂ ਆਲ ਇੰਡੀਆ ਸੈਕਸ਼ਨਲ ਫੈਡਰੇਸ਼ਨ ਨਾਲ ਜੁੜੇ ਹੋਏ ਸਾਰੇ ਹੀ ਨੇੜੇ ਦੂਰ ਬੈਠੇ ਸਾਡੇ ਦਲੇਰ ਸਿੰਘ ਰੋਡ ਚਲੇ ਗਏ ਨੇ ਸਾਰਿਆਂ ਵੱਲ
ਵੱਲੋਂ ਇਹਨਾਂ ਮਹਾਨ ਕੌਮੀ ਯੋਧਿਆਂ ਨੂੰ ਕੌਮੀ ਪ੍ਰੋਗਰਾਮ ਅਤੇ ਕੌਮ ਦੀ ਖਾਤਰ ਅੱਜ ਵੀ ਜਿਹੜੇ ਤੁਰੇ ਨੇ ਉਹਨਾਂ ਨੂੰ ਵੀ ਉਹਨਾਂ ਦਾ ਧੰਨਵਾਦ ਕਰਦੇ ਹੋਏ ਹਾਜ਼ਰੀ ਲਵਾਉਂਦੇ ਹਾਂ। ਇੱਕ ਨਿੱਕੀ ਜਿਹੀ ਬੇਨਤੀ ਕਰਕੇ ਮੈਂ ਪੂਰੇ ਕੌਮ ਦੇ ਅੱਗੇ ਇਹ ਜਿੱਥੇ ਵੀ ਕਿਤੇ ਦੁਨੀਆਂ ਵਿੱਚ ਸਿੱਖ ਵੱਸਦੇ ਨੇ ਉਹਨਾਂ ਨੂੰ ਇੱਕ ਸੰਘਰਸ਼ ਪਰ ਹੌਸਲੇ ਭਰੀ ਇੱਕ ਨਿੱਕੀ ਜਿਹੀ ਬੇਨਤੀ ਕਰਕੇ ਆਪਣੀ ਜਗ੍ਹਾ ਲਵਾਂਗਾ, ਮਾਫ਼ੀ ਚਾਹਾਂਗਾ। ਦਲਜੀਤ ਸਿੰਘ ਬਿੱਟੂ ਵਰਗੇ ਅਤੇ ਹੋਰ ਬਹੁਤ ਸਾਰੇ ਨੌਜਵਾਨ ਜਿਨ੍ਹਾਂ 'ਤੇ ਮਤਲਬ ਉਂਗਲਾਂ ਵੀ ਉੱਠਦੀਆਂ ਨੇ, ਉਹਨਾਂ ਪ੍ਰਤੀ ਮੈਂ ਬਹੁਤ ਲੰਮਾ ਸਮਾਂ ਸੋਚ ਕੇ ਅੱਜ ਤੁਹਾਡੇ ਅੱਗੇ ਇੱਕ ਆਪਣੇ ਹਿਰਦੇ ਵਿੱਚੋਂ ਇੱਕ ਬੇਨਤੀ ਕਰਨ ਲੱਗਾ ਕਿ ਜਦੋਂ ਅਸੀਂ ਚੜ੍ਹਾਈ ਉੱਪਰ ਚੜ੍ਹਦੇ ਹਾਂ, ਮੈਂ ਛੋਟੇ ਹੁੰਦੇ ਨੇ ਵੇਖਿਆ ਸਾਡੇ ਦਾਦੇ ਬਜ਼ੁਰਗ ਉੱਥੇ ਦਿਆਲਪੁਰਾ ਭਾਈ ਕਹਿ ਸਾਡੀ ਜ਼ਮੀਨ ਸੀ, ਉੱਥੇ ਟਿੱਬੇ ਕਰਾਉਂਦੇ ਸੀ। ਜਦੋਂ ਮਾੜਾ ਟਰੈਕਟਰ ਨਹੀਂ ਸੀ ਚੜ੍ਹਦਾ ਉਦੋਂ ਫਿਰ ਪਿੱਛੇ ਤੋਂ ਦੁਬਾਰਾ ਉਹਦੀ ਲੰਮੀ ਢਾਲ ਬਣਾਉਂਦੇ ਸੀ। ਉਹ ਸੰਘਰਸ਼ ਲੜਨ ਵਾਲਿਓ ਸਾਰਿਓ, ਦਲਜੀਤ ਸਿੰਘ ਬਿੱਟੂ ਸਮੇਤ ਹੋਰ ਬਹੁਤ ਸਾਰੇ ਲੋਕ ਉਸ ਵੱਡੀ ਚੜ੍ਹਾਈ 'ਤੇ ਚੜ੍ਹਨ ਵਾਸਤੇ ਪਿੱਛੇ ਨਹੀਂ ਮੁੜੇ ਬਲਕਿ ਪਿੱਛੇ ਢਾਲ ਬਣਾਉਣ ਗਏ ਹੋਏ ਨੇ। ਅਸੀਂ ਇੱਕ ਦਿਨ ਜ਼ਰੂਰ ਉਸ ਲੰਮੀ ਚੜ੍ਹਾਈ 'ਤੇ ਚੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰੂ ਗੁਰੂ ਗਰੀਬ ਨਾਥ ਸੱਚੇ ਪਾਤਸ਼ਾਹ ਜੀ ਦੀ ਪਾਵਨ ਪੁੱਤਰ ਗੋਦ ਅੰਦਰ ਮੌਜੂਦਾ ਸਿੱਖ ਸੰਘਰਸ਼ ਦੇ ਚਮਕਦੇ ਸਿਤਾਰੇ ਸ਼ਹੀਦ ਭਾਈ ਗੁਰਜੰਤ ਸਿੰਘ ਜੀ ਬੁੱਧ ਸਿੰਘ ਵਾਲਾ ਦੇ ਕੌਮੀ ਅਤੇ ਸ਼ਹੀਦੀ ਸਮਾਗਮ 'ਤੇ ਪਹੁੰਚੇ ਹੋਏ ਸਾਰੇ ਹੀ ਦਰਜਾ ਬਦਰਜਾ ਸਮੂਹ ਭਾਈਚਾਰਾ ਜਿੰਨੇ ਵੀ ਪਹੁੰਚੇ ਆ, ਸਾਰਿਆਂ ਦੇ ਭਾਵਨਕ ਤੌਰ 'ਤੇ ਚਰਨਾਂ ਨੂੰ ਨਤਮਸਤ ਹੁੰਦਾ ਹੋਇਆ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬੈਠਾ ਸੋਚ ਰਿਹਾ ਸੀ ਜਦੋਂ ਧੰਨ ਕਲਗੀਧਰ ਪਾਤਸ਼ਾਹ ਬਾਰੇ ਕਿਹਾ ਗਿਆ ਕਿ ਚਿੜੀਓਂ ਸੇ ਮੈਂ ਬਾਜ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ, ਅਤੇ ਕੋਈ ਦੁਨੀਆਂ ਦੇ ਸੂਝਵਾਨ ਸੋਚਦੇ ਹੋਣੇ ਕਿ ਚਿੜੀ ਅਤੇ ਬਾਜ ਦਾ ਕੀ ਮੁਕਾਬਲਾ ਹੈ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਉਣ ਵਾਲੇ ਸੰਸਾਰ ਉੱਤੇ ਕਿਰਪਾ ਕੀਤੀ ਹੈ ਕਿ ਜੇ ਲੋੜ ਪੈ ਜੇ ਤਾਂ ਚਿੜੀ ਦੇ ਅੰਦਰ ਇਹ ਭਾਵਨਾ ਪੈਦਾ ਕਰਤੀ, ਇੱਕ ਜਿਹੜੀ ਸਾਡੀ ਡਰੀ ਹੋਈ ਸਮੇਂ ਦੇ ਹਾਕਮਾਂ ਤੋਂ ਮਨੋਬਿਰਤੀ ਹੁੰਦੀ ਹੈ ਸਾਡੀ, ਉਹਨੂੰ ਉਹਦੇ ਅੰਦਰ ਇੱਕ ਜਜ਼ਬਾ ਭਰਤਾ ਕਿ ਚਿੜੀਆਂ ਵੀ ਜੇ ਲੋੜ ਪਵੇ ਤਾਂ ਬਾਜ ਨਾਲ ਲੜ ਸਕਦੀਆਂ। ਅਤੇ ਮੌਜੂਦਾ ਸਿੱਖ ਸੰਘਰਸ਼ ਵਿੱਚ ਜਦੋਂ ਸਮੇਂ ਦੇ ਹਾਕਮਾਂ ਨੇ ਜ਼ੁਲਮ ਢਾਇਆ, ਉਹ ਅਚੌਧਿਆਂ 'ਤੇ ਬੈਠੇ ਪਲਾਂ ਮੁਲਕ ਦੀ ਪ੍ਰਧਾਨ ਮੰਤਰੀ ਹੋਵੇ ਉਹ ਨਹੀਂ ਛੱਡੀ, ਉਦੋਂ ਕਲਗੀਧਰ ਪਾਤਸ਼ਾਹ ਦਾ ਸੁਪਨਾ ਸਾਕਾਰ ਹੋਇਆ। ਸੋ ਮੈਂ ਅੱਜ ਵੀ ਬੇਨਤੀ ਕਰਦਾ ਕਿ ਜਿਵੇਂ ਕਈ ਵਾਰ ਪੜ੍ਹਿਆ ਸੁਣਿਆ ਕਿ ਸੰਘਰਸ਼ ਖਤਮ ਹੋ ਗਿਆ, ਜੁਝਾਰੂ ਖਤਮ ਹੋ ਗਏ, ਸੁਣ ਲਓ ਸਿੱਖੋ ਭਰਾਵੋ, ਗੁਰੂ ਗ੍ਰੰਥ ਸਾਹਿਬ ਦੇ ਸਿੱਖੋ, ਜਿੰਨੀ ਦੇਰ ਤੱਕ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਉੱਤੇ ਚਤਰ ਛਤਰ ਝੁਲਦੇ ਨੇ, ਉਹਦੇ ਉੱਤੇ ਚੌਰ ਝੁਲਦੀ ਹੈ, ਜਿੰਨੀ ਦੇਰ ਤੱਕ ਪੰਜ ਸਿੰਘ ਗੁਰੂ ਗ੍ਰੰਥ ਸਾਹਿਬ ਅੱਗੇ ਖਲੋ ਕੇ ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ ਦਾ ਨਾਰਾ ਬੁਲੰਦ ਕਰਨਗੇ, ਜਿੰਨੀ ਦੇਰ ਤੱਕ ਪੰਜ ਸਿੰਘ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਚੌਰ ਕਰਦੇ ਹੋਏ ਬੋਲੇ ਸੋ ਨਾਲ ਦੇ ਜਕਾਰੇ ਲਾਉਣਗੇ, ਜਿੰਨੀ ਦੇਰ ਤੱਕ ਹਰਿਮੰਦਰ ਸਾਹਿਬ 'ਚ ਕੀਰਤਨ ਹੋਵੇਗਾ, ਜਿੰਨੀ ਦੇਰ ਤੱਕ ਅਕਾਲ ਤਖਤ ਸਾਹਿਬ ਦੇ ਝੰਡੇ ਚੁਲਦੇ ਰਹਿਣਗੇ, ਦੁਨੀਆਂ ਦੀ ਕੋਈ ਤਾਕਤ ਖਾੜਕੂ ਸੰਘਰਸ਼ ਨੂੰ ਜੁਝਾਰੂਪਣੇ ਨੂੰ ਖਤਮ ਨਹੀਂ ਕਰ ਸਕਦੀ। ਐਵੇਂ ਢਹਿੰਦੀਆਂ ਕਲਾਂ ਦੀਆਂ ਗੱਲਾਂ ਨਾ ਕਿਰਪਾ ਕਰਕੇ ਕਰਿਆ ਕਰੋ। ਮੈਂ ਗੁਰਜੰਤ ਸਿੰਘ ਬੁੱਧ ਸਿੰਘ ਵਾਲਾ ਦੇ ਸ਼ਹੀਦੀ ਸਮਾਗਮ 'ਤੇ ਪਹੁੰਚੇ ਹੋਏ ਪ੍ਰਾਣੀਆਂ ਨੂੰ ਇੱਕ ਹੌਸਲੇ ਭਰੀ ਗੱਲ ਸੁਣਾ ਕੇ ਮਾਫ਼ੀ ਚਾਹਾਂਗਾ। ਉਹ ਪ੍ਰਤੱਖ ਹੈ, ਉਹਨੂੰ ਪ੍ਰਮਾਣ ਦੀ ਕੋਈ ਲੋੜ ਨਹੀਂ ਹੈ ਕਿ ਜਿਹੜੇ ਲੋਕ ਰਾਸੀ ਲੋਕਾਂ ਦੇ ਮਗਰ ਲੱਗ ਕੇ ਜਿਵੇਂ ਗੱਲ ਚੱਲੀ ਕੁਰਸੀਆਂ ਖਾਤਰ ਲੜੇ, ਅੱਜ ਉਹਨਾਂ ਦੇ ਵੀ ਉਹ ਵੀ ਸਮਾਂ ਲੰਘਾ ਕੇ ਚਲੇ ਗਏ। ਮੈਂ ਇੱਕੋ ਉਦਾਹਰਣ ਦੇਵਾਂਗਾ ਕਿ ਪਿਛਲੇ 30-35 ਸਾਲਾਂ 'ਚ ਇੱਥੇ ਸਾਡੇ ਹਲਕੇ ਦੀ ਗੱਲ ਕਰ ਲਈਏ ਕਿ 5 ਕੁ MLA ਟਰਨ ਬਾਈ ਟਰਨ ਬਣੇ, ਅੱਜ ਉਹਨਾਂ MLA ਬਣੇ ਹੋਏ ਪਰਿਵਾਰਾਂ ਦੇ ਕੋਲ ਇੰਨੀ ਸਿਆਸੀ ਸਮਰੱਥਾ ਹੈ ਨਹੀਂ ਕਿ ਉਹ ਆਪਣੇ ਪਿਓ ਦੇ ਬਾਪੂ ਦੇ ਦਾਦੇ ਦੇ MLA ਰਹਿ ਚੁੱਕੇ ਬੰਦੇ ਦਾ ਨਾਮ ਲੈ ਕੇ ਉਹਦੀ ਬਰਸੀ ਸਮਾਗਮ 'ਤੇ 200 ਬੰਦੇ ਦਾ ਇਕੱਠ ਕਰ ਲੈਣ। ਅੱਜ 38-30 ਸਾਲ ਬਾਅਦ ਜੇਕਰ ਗੁਰਜੰਤ ਸਿੰਘ ਬੁੱਧ ਸਿੰਘ ਵਾਲਾ ਦੀ ਬਰਸੀ 'ਤੇ ਹਜ਼ਾਰਾਂ ਲੋਕ ਪੰਜਾਬ ਦੀ ਧਰਤੀ ਤੋਂ ਚੱਲ ਕੇ ਆਉਂਦੇ ਆ, ਇਹ ਸਿੱਖ ਸੰਘਰਸ਼ ਲੜਨ ਵਾਲਿਆਂ ਲਈ, ਇਹ ਕੌਮ ਦੀ ਗੱਲ ਕਰ ਲੈਣ ਵਾਲੀ ਹੌਸਲੇ ਵਾਲੀ ਗੱਲ ਹੈ ਕਿ ਅਸੀਂ ਸਫਲਤਾ ਵੱਲ ਜਾ ਰਹੇ ਹਾਂ। ਜਦੋਂ ਕਿਸੇ ਸੰਘਰਸ਼ ਲੜਨ ਵਾਲੇ ਲੋਕਾਂ ਦੇ ਜੀਵਨ ਉੱਤੇ ਵਿਰੋਧੀ ਕੰਬੇ ਹੱਥਾਂ ਨਾਲ ਬੇਸ਼ੱਕ ਲਿਖਣ, ਲਫ਼ਜ਼ ਲਿਖਣੇ ਸ਼ੁਰੂ ਕਰ ਦੇਣ, ਕਿਤਾਬਾਂ ਲਿਖਣੀਆਂ ਸ਼ੁਰੂ ਕਰ ਦੇਣ, ਤੇ ਜਦੋਂ ਕੌਮੀ ਸੰਘਰਸ਼ ਲੜਨ ਵਾਲੇ ਲੋਕਾਂ ਦੇ ਜੀਵਨ 'ਤੇ
कहानियां बनिया शुरू हो जान जो उन्होंने जीवन से फिल्म बनिया शुरू हो जान समझ लो कि उन्होंने पाए हुए पूरने सफलता वाल वध रहे हैं। असि आने वाले पांच सत साल भाई गुरजंत सिंह बुद्ध सिंह वाले की बरसी से इन्हों महान सूरबीर योध्या जेड़े दर्जा बदर्जा कौमी संघर्ष लड़ रहे हैं जेड़े संत बाबा जरनैल सिंह खालसा पिंडरां वालियां दी याद नूं उन्हां दी सोच नूं अपने दिलां अंदर लैके इस डेमोक्रेसी तरीके नाल भी लड़ रहे ने हर तरह का संघर्ष लड़ रहे ने कोई अपनी कलम नाल लड़ रहा है कोई राष्ट्रीय तौर पर लड़ रहा है जिन्हां दे दिलो दिमाग विच संत बाबा जरनैल सिंह खालसा पिंडरां वालियां दे पाए हुए पूरने ते कहे हुए लफ्ज उन्हां दे हिरदे विच ने असीं आउण वाले पंज सत सालां च इत्थे वड्डा इकट्ठ करके गुरजंत सिंह बुद्ध सिंह वाले दी बरसी ते असीं कौम नूं कोई दिशा निर्देश देवांगे ते अज भी इन्हां कौमी प्रोग्रामां विच हमेशा बिना सोचिया बिना समझिया एक कौम नूं हमेशा ही निर्देश मिलदे हुंदे ने हर एक प्राणी बच्चा बुढ़ा बजुर्ग जिहड़ा भी इत्थे आया उहदे लई एक कौमी निर्देश इत्थों लैके चलिया इन्हां दी बेनतियां प्रवान करनियां। मैं आल इंडिया सैक्शनल फैडरेशन नाल जुड़े हुए सारे ही नेड़े दूर बैठे साडे दलेर सिंह रोड चले गए ने सारिआं वल्लों इन्हां महान कौमी योध्यां नूं कौमी प्रोग्राम ते कौम दी खातर अज भी जिहड़े तुरे ने उन्हां नूं भी उन्हां दा धन्नवाद करदे हुए हाजरी लवाउणे आ। एक निक्की जी बेनती करके मैं पूरे कौम दे अगे इह जिथे भी कितें दुनिया में सिख वसदे ने उन्हां नूं एक संघर्ष पर हौसले भरी एक निक्की जी बेनती करके अपनी जगह लवांगा माफ़ी चाहवांगा। दलजीत सिंह बिट्टू वर्गे ते होर बहुत सारे नौजवान जिन्हां ते मतलब उंगलां भी उठदियां ने उन्हां प्रति मैं बहुत लंबा समा सोच के अज तुहाडे अगे एक अपने हिरदे विचों एक बेनती कर लगा है कि जदों असीं चढ़ाई उपर चढ़दे हां मैं छोटे हुंदे ने वेख्या साडे दादे बजुर्ग उत्थे दयालपुरा भाई कहे साडी जमीन सी उत्थे टिब्बे कराउंदे सी जदों माड़ा ट्रैक्टर नहीं सी चढ़दा उदों फिर पिछे तों दुबारा उहदी लंबी ढाल बणाउंदे सी उह संघर्ष लड़न वालिओ सारिओ दलजीत सिंह बिट्टू समेत होर बहुत सारे लोग उस वड्डी चढ़ाई ते चलण वास्ते पिछे नहीं मुड़े बल्कि पिछे ढाल बनाउण गए होए ने। असीं इक दिन जरूर उस लंबी चढ़ाई ते चढ़ांगे। वाहिगुरु जी का खालसा वाहिगुरु जी की फतह।